हाँ जी, सत श्री अकाल जी, स्वागत है थोड़ा मेरे चैनल ते बिंग सिंह ते। मेरा नाम है लखविंदर ते अज आपां चले आ एक नवी प्री वैडिंग लोकेशन ते जिहदा नाम है लाल हवेली नाभा। बहुत ही वधिया एक लोकेशन बनी हुई है, पुरानी एक एशियंट उत्थे हवेली बनी हुई है ते नाल एक मॉडर्न टच भी हैगा। चलदे हैं लोकेशन देखदे हैं लोकेशन दी की खासियत है, की आपां नूं उत्थे देखण नूं मिलदा है ते किन्नी क ओह लोकेशन वर्थ है अपनी प्री वैडिंग दे लई। चलो फिर अपना सफर शुरू करदे हां। My friends say get out of your comfort zone, it's a blessing in disguise. Get out of what you call home, your name is written in the sky. It might feel just like you're on your own, but baby it's not the life. हां जी, आज आपां आए हैं लाल हवेली नाभा। भाजी होरां नूं पुछदे हैं कुछ उन्हां बारे ते कुछ हवेली बारे। हां जी भाजी, तुसीं अपने बारे दसो ते हवेली बारे दसो वी इहदे की हिस्ट्री है। असरीकाल वीरे, मेरा नाम लवप्रीत सिंह है। जी जी, हेलो, थोड़ा वेलकम ਮੇਰੀ ਲੋਕੇਸ਼ਨ ਤੇ ਆਉਂਦਾ ਤੇ ਆਪਣਾ ਟਾਈਮ ਦੇਣ ਦਾ। ਬੇਸਿਕਲੀ ਤਾਂ ਇਹ ਆਪਣੀ ਹਵੇਲੀ ਆ ਜੀ ਜੀ, ਤੇ ਆਪਣੀ ਪੁਰਾਣੀ ਬਜ਼ੁਰਗਾਂ ਦੀ ਹਵੇਲੀ ਸੀ ਤੇ ਇੱਥੇ ਕੁਦਰਤੀ ਆਪਣੇ ਆਪ ਸ਼ੂਟ ਹੋਣ ਲੱਗੇ। 2002 ਤੋਂ ਆਪਣਾ ਪਹਿਲਾ ਸ਼ੂਟ ਹੋਇਆ ਸੀ ਉਰੇ, ਵੈਸਟਰਨ ਇੱਕ ਸਾਊਥ ਦੀ ਮੂਵੀ ਸੀਗੀ। ਠੀਕ ਹੈ, ਮਤਲਬ ਸਾਊਥ ਦੀ ਮੂਵੀ ਵਾਲੇ ਇੱਥੇ ਸ਼ੂਟ ਕਰਨਾ ਹੈ। ਫਸਟ ਟਾਈਮ ਮਤਲਬ ਸਾਡਾ ਸ਼ੂਟ ਉਹੀ ਹੋਇਆ ਸੀਗਾ। ਠੀਕ ਹੈ, ਜਿਹਨੇ ਸਾਨੂੰ ਥੋੜਾ ਜਿਹਾ ਪਿੱਕ ਕਰਿਆ ਸੀ। ਓਕੇ, ਤੇ ਉਸ ਟਾਈਮ ਤਾਂ ਸਾਨੂੰ ਇੰਨਾ ਪਤਾ ਨਹੀਂ ਸੀਗਾ ਵੀ ਇਹ ਲਾਈਨ ਕਿੱਦਾਂ ਦੀ ਹੁੰਦੀ, ਕੀ ਕੰਮ ਕਾਰ ਹੁੰਦਾ ਸਾਰਾ ਕੁਝ। ਤਾਂ ਹੌਲੀ ਹੌਲੀ ਉਹ ਮੂਵੀ ਤੋਂ ਸਾਨੂੰ ਥੋੜ੍ਹਾ ਜਿਹਾ ਬੂਸਟ ਜਿਹਾ ਮਿਲੇ, ਕਿਉਂਕਿ ਇੱਕ ਹੀ ਮਿਲੀ। ਤਾਂ ਕਰਦੇ ਕਰਦੇ ਫਿਰ ਹੌਲੀ ਹੌਲੀ ਅਸੀਂ ਸੌਂਗ ਵਗੈਰਾ ਜਿੱਦ ਲੈ ਗਏ, ਸੌਂਗ ਮੂਵੀ ਇੱਦਾਂ ਸ਼ੂਟ ਹੁੰਦੇ ਨੇ ਵੀਰੇ, ਕਾਫੀ ਸੌਂਗ ਸ਼ੂਟ ਹੋਏ ਨੇ ਵੀਰੇ। ਕਿੰਨੇ ਕੁ ਸੌਂਗ ਸ਼ੂਟ ਹੁੰਦੇ ਹੈ ਅੰਦਾਜ਼ਨ ਕੋਈ? ਸਾਰੇ ਸਿੰਗਰਾਂ ਦੇ ਸ਼ੂਟ ਹੋਏ ਨੇ ਵੀਰੇ, ਕਰਨ ਔਜਲਾ, ਸਿੱਧੂ ਮੂਸੇ ਵਾਲੇ ਦਾ ਹੋਇਆ, ਰਣਜੀਤ ਬਾਵਾ ਜੀ, ਹੁਣ ਸੱਜਣ ਅਦੀਪ ਦਾ ਹੋਇਆ ਸੀਗਾ, ਐਮ ਏ ਵਿਰਕ ਦੇ ਬੰਦੇ ਸੌਂਗ ਸਿੰਗਰ ਉਰੇ ਤਕਰੀਬਨ ਸਭ ਨੂੰ ਵੀ ਮਿਲਿਆ ਹੋਇਆ, ਸਾਰੇ ਉਰੇ ਆਏ ਹੋਏ ਨੇ। ਅਤੇ ਅਸੀਂ ਹੁਣ ਅਸੀਂ ਰੱਖ ਲਿਆ ਵੀ ਅਸੀਂ ਆਫ ਸੀਜ਼ਨ ਦੇ ਵਿੱਚ ਗਾਣੇ ਫੜਿਆ ਕਰਾਂਗੇ। ਅਸੀਂ ਪ੍ਰੀ ਵੈਡਿੰਗ ਨੂੰ ਆਪਾਂ ਮੇਨ ਆਪਾਂ ਬਿਜ਼ਨਸ ਰੱਖਿਆ। ਪ੍ਰੀ ਵੈਡਿੰਗ ਦਾ ਇੰਨਾ ਕੁ ਕੰਮ ਹੈ ਵੀ ਤੁਸੀਂ ਸੀਜ਼ਨ ਦੇ ਵਿੱਚ ਗਾਣੇ ਆਲ ਨੂੰ ਨਹੀਂ ਦਿੰਦੇ? ਹਾਂਜੀ, ਪ੍ਰੀ ਵੈਡਿੰਗ ਸਰਦੀਆਂ ਦੇ ਵਿੱਚ ਅਸੀਂ ਗਾਣੇ ਕਰਦੇ ਨਹੀਂ ਹੈਗੇ। ਠੀਕ ਹੈ, ਅਸੀਂ ਸਿਰਫ ਜਦੋਂ ਆਪਣਾ ਫ੍ਰੀ ਡੇ ਹੁੰਦਾ ਗਰਮੀਆਂ ਦੇ ਵਿੱਚ ਤਾਂ ਅਸੀਂ ਗਾਣਾ ਫੜ ਲੈਂਦੇ ਹਾਂ, ਨਹੀਂ ਤਾਂ ਅਸੀਂ ਗਾਣੇ ਆਲ ਨੂੰ ਜਵਾਬ ਦੇ ਦਿੰਦੇ ਹਾਂ। ਓਕੇ, ਪਹਿਲਾਂ ਇਕੱਲੀ ਹਵੇਲੀ ਸੀਗੀ ਤੇ ਹੋਰ ਜਿਵੇਂ ਜਿਵੇਂ ਲੋਕਾਂ ਦੀ ਡਿਮਾਂਡ ਆਈ ਤਾਂ ਫਿਰ ਆਪਾਂ ਨੇ ਉੱਧਰ ਹੋਰ ਸੈਟ ਵੀ ਬਣਾਏ। ਪਹਿਲਾਂ ਆਪਾਂ ਸੀਗੇ ਅਸੀਂ ਟ੍ਰੈਡੀਸ਼ਨਲ 'ਚ ਜ਼ਿਆਦਾ ਫੇਮਸ ਸੀਗੇ ਜੀ, ਜਾਨੀ ਆਲ ਓਵਰ ਪੰਜਾਬ ਵਗੈਰਾ, ਹੁਣ ਵੀ ਤੁਸੀਂ ਦੇਖ ਲਓ ਰਾਜਸਥਾਨ, ਗੁਜਰਾਤ, ਬਹੁਤ ਦੂਰੋਂ ਦੂਰੋਂ ਆਪਣੇ ਕੋਲ ਦਿੱਲੀ ਵਗੈਰਾ ਤੋਂ ਵੀ ਕਲਾਇੰਟ ਔਨਲਾਈਨ ਦੇਖ ਕੇ, ਕਿਉਂਕਿ ਅਸੀਂ ਟ੍ਰੈਡੀਸ਼ਨਲ 'ਚ ਜ਼ਿਆਦਾ ਮਸ਼ਹੂਰ ਸੀਗੇ ਜੀ, ਅਤੇ ਲੋਕ ਬਹੁਤ ਦੂਰੋਂ ਦੂਰੋਂ ਆਉਣ ਲੱਗੇ। ਅਤੇ ਹੌਲੀ ਹੌਲੀ ਜਿੱਦਾਂ ਆਪਣਾ ਬਿਜ਼ਨਸ ਜਿਵੇਂ ਵੀ ਹੋਇਆ, ਲੋਕਾਂ ਦੀ ਡਿਮਾਂਡ ਸੀਗੀ ਤਾਂ ਫਿਰ ਉਹ ਕਹਿੰਦੇ ਵਿੱਚ ਵੈਸਟਰਨ ਵੀ ਹੋਣਾ ਚਾਹੀਦਾ। ਹੁਣ ਹਰ ਬੰਦਾ ਭਾਲਦਾ ਵੀ ਇੱਕੋ ਹੀ ਜਗ੍ਹਾ ਤੇ ਸਾਰਾ ਕੁਝ ਸਮੇਂ ਦੇ ਹਿਸਾਬ ਨਾਲ ਜੋ ਚੀਜ਼ ਦੀ ਨੀਡ ਸੀ ਤੁਸੀਂ ਉਹ ਪ੍ਰੋਵਾਈਡ ਕਰਾ ਦਿੱਤਾ। ਇੱਕ ਸਾਲ ਪੁਰਾਣੀ ਹਵੇਲੀ ਭਾਜੀ ਇਹ? ਇਹ ਸਰ ਆਪਣੇ ਕੋਲੇ ਤਕਰੀਬਨ 70 ਸਾਲ ਹੋ ਗਏ। ਭਾਜੀ ਤੁਹਾਡੇ ਸੈੱਟ ਤੇ ਕਿੰਨੇ ਰੂਮਸ ਨੇ? ਤੁਸੀਂ ਕਪਲ ਨੂੰ ਤੁਹਾਡੇ ਕੋਲ ਕਿੰਨੇ ਰੂਮ ਨੇ, ਕਿੰਨੇ ਕਪਲ ਐਟ ਅ ਟਾਈਮ ਸ਼ੂਟ ਕਰ ਸਕਦੇ? ਸਰ ਆਪਣੀ ਨਾ ਸਪੈਸ਼ਲਿਟੀ ਇਹੀ ਲੋਕੇਸ਼ਨ ਦੀ, ਮੈਂ ਤੁਹਾਨੂੰ ਦੱਸੂੰਗਾ ਵੀ ਆਪਣੀ ਲੋਕੇਸ਼ਨ ਬੜੀ ਆ, ਇਹੀ ਸਾਡੀ ਸਪੈਸ਼ਲਿਟੀ। ਠੀਕ ਹੈ, ਉਰੇ ਜਿੰਨੀਆਂ ਉਰੇ ਆਪਣੀ ਲੋਕੇਸ਼ਨ ਦੇ ਸ਼ੂਟ ਹੁੰਦੇ ਨੇ ਤੁਸੀਂ ਪੰਜਾਬ 'ਚ ਕਿਤੇ ਵੀ ਨਹੀਂ ਕਰ ਸਕਦੇ, ਕਿਤੇ ਵੀ ਨਹੀਂ ਕਰ ਸਕਦੇ, ਕਿਉਂਕਿ ਆਪਣੀ ਲੋਕੇਸ਼ਨ ਹੈਗੀ ਸਾਰੀ ਖੁੱਲੀ ਡੁੱਲੀ ਅਤੇ ਨੈਚੁਰਲ ਆ ਜੀ ਜੀ। ਤੁਸੀਂ ਇੱਧਰ ਵੀ ਜਿੱਥੇ ਪਾਸੇ ਕੈਮਰਾ ਘੁਮਾ ਲਓਗੇ, ਜਿੱਥੇ ਮਰਜ਼ੀ ਦੇਖ ਲਓਗੇ, ਤੁਹਾਨੂੰ ਇੱਕ ਨੈਚੁਰਲ ਚੀਜ਼ ਦੇਖੂਗੀ। ਜਿਹੜੇ ਆਪਣੇ ਦਰਖਤ ਵਗੈਰਾ ਵੀ ਉਹ ਅੰਬਾਂ ਦੇ ਦਰਖਤ ਜੀ ਜੀ, ਤੁਸੀਂ ਲਾ ਲਓ ਜਦੋਂ ਆਪਾਂ ਕੋਠੀ ਲੈਤੀ ਜੋ ਉਸ ਟਾਈਮ ਦੇ ਪਹਿਲਾਂ ਦੇ ਦਰਖਤ ਨੇ, ਇੰਨੇ ਹੀ ਸਾਲ ਦਰਖਤਾਂ ਨੂੰ ਹੋਵੇ। ਉੱਦਾਂ ਆਪਣੇ ਕੋਲ 10 ਹੈਗੇ ਨੇ ਪਰਸਨਲ ਰੂਮ ਅਤੇ 3 ਹੈਗੇ ਨੇ ਆਪਣੇ ਕੋਮਨ ਰੂਮ। ਅਤੇ ਨੋਰਮਲ ਉਰੇ ਜੇ 10 ਸੂਟ ਚੱਲਦੇ ਹੁੰਦੇ ਨੇ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ। ਅੱਛਾ, ਲੋਕ ਇੱਕ ਦੂਜੇ 'ਚ ਕੋਈ ਡਿਸਟਰਬੈਂਸ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦੀ, ਕੋਈ ਹਵੇਲੀ ਦੇ ਅੰਦਰ ਕਰ ਰਿਹਾ ਹੁੰਦਾ, ਕੋਈ ਬਾਹਰੇ ਕਰ ਰਿਹਾ ਹੁੰਦਾ। 5 ਫਲੋਰ ਨੇ ਹਵੇਲੀ ਦੇ। ਓਕੇ, 5 ਫਲੋਰ 'ਚ ਕੋਈ ਕਿਤੇ ਹੁੰਦਾ, ਕੋਈ ਕਿਤੇ ਹੁੰਦਾ। ਹੁਣ ਇਸ ਟਾਈਮ ਵੀ 5 ਸ਼ੂਟ ਨੇ ਅਤੇ ਕੋਈ ਕਿਸੇ ਨੂੰ ਕੋਈ ਡਿਸਟਰਬੈਂਸ ਨਹੀਂ, ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ। ਇਹੀ ਆਪਣੀ ਮੇਨ ਖਾਸੀਅਤ ਵੀ ਲੋਕੇਸ਼ਨ ਦੀ ਇਹੀ ਆ ਵੀ ਉਰੇ ਖੁੱਲੀ ਡੁੱਲੀ ਲੋਕੇਸ਼ਨ ਆ, ਨੈਚੁਰਲ ਲੋਕੇਸ਼ਨ ਆ। ਤੁਸੀਂ ਜਿੱਥੇ ਵੀ ਯਾਰ ਖੜ ਕੇ ਫੋਟੋ ਖਿੱਚ ਲਓਗੇ ਤੁਹਾਡੀ ਵਧੀਆ ਫੋਟੋ ਆ ਜੂਗੀ। ਚਲੋ ਪਹਿਲਾਂ ਆਪਾਂ ਲੋਕੇਸ਼ਨ ਦੇਖ ਲਈਏ ਸਾਰੀ, ਕੀ ਗੱਲਾਂ ਤੁਹਾਨੂੰ ਫਿਰ ਕਰਦੇ ਹਾਂ ਅਤੇ ਭਾਜੀ ਹੋਰਾਂ ਨਾਲ ਦੁਬਾਰੇ ਗੱਲ ਕਰਦੇ ਹਾਂ, ਆਪਾਂ ਮਿਲਦੇ ਹਾਂ। ਚਲੋ ਜੀ, ਆਪਾਂ ਪਹਿਲਾਂ ਲੋਕੇਸ਼ਨ ਦੇਖ ਲਈ ਜੀ। ਹਾਂਜੀ, thank you.
हाँ जी जी आ जाओ। ये है इन्हों की कच्चे घर वाली लोकेशन। लोकेशन तो बहुत वधिया लग रही, साफ सुथरी है, गंद जहा नहीं पिया हो। जिम्मे एक दो लोकेशन से आप गए हैं, काफ़ी मैसअप जहा होया पाया हों, बड़ा नीट एंड क्लीन जी रखी हुई है। आज पापा चाह चाह पीने थोड़ा लोकेशन दिखाने। लोकेशन बहुत सोहनी बनी हुई है, काफ़ी मतलब प्रॉप्स रखे हुए ने, हुक्का भी रख रखे, काफ़ी ना पुराना टच दिता गया हर चीज़ में। कच्चा घर भी बनया हुआ है, बड़ी डिटेलिंग दे विच। देखो कप भी बड़ा मैनू बढ़िया लग्या, इन्ना हैवी पित्तल का जिहड़ा, ठीक है। चलो आ जाओ आप अगली लोकेशन पर चलिए। हाँ जी जी आ गई अपनी लोकेशन पींग वाली, जिथे कुड़ियाँ पींग ते बह के झूड़े लेंदिया ने। अपन भी झूड़े लेने चाहिए ने अपनी पता नहीं कदों बारी आऊगी। बड़ी साफ सुथरी घोड़ी खड़ी है बई, इन्हों की बड़े वधिया बई सैट बने हुए ने। आ भी एक विंटेज लोकेशन जी लगती है, जीप खड़ी है अंदर, ए तो एंबेसडर कार भी खड़ी है, पर मैं लगता नहीं भी वर्किंग होगी। एक जीप खड़ी है ब्लैक कलर की। ये आ गई अपनी नीली लोकेशन। ये पता नहीं ग्रीस, एथेंस, पता नहीं यूरोप के किहड़े भाग की है। आ जाओ जी आ जाओ अगे चलो। ये गजीबो बनया हुआ है, सोफे सूफे जे लगे हुए ने, बड़ा वधिया एक रोमांटिक फोटो शूट दे लई बहुत ही वधिया लोकेशन है। लै भी तुम बह के दिखाने, थोड़ा जहा आराम जहा कर लियो। लो जी लो आ लोकेशन घैंट है बी। ये बोन फायर वाली लोकेशन आ गई, बड़ी सोहनी लाइटिंग हुई हुई है, रात को बहुत सोहना लगता है सीन। ये प्रोपर लाइटिंग दे नाल एक रस्ता बनया हुआ, पाथ बनया हुआ, सारी लाइटिंग हुई हुई है। ये उपर ये आ गया फाउंटेन, बड़ा सोहना फाउंटेन बनया हुआ। आई थिंक जे पता नहीं चलता या नहीं चलता, इधर अपना एक सैट होर आ गया फोटो शूट दे लई, बहुत सोहना यह बनया हुआ। आ देखो फोटो, यह लोकेशन आ गई अपनी जयपुर दे किलियां वाली, क्योंकि उदा ही सारा ये पानी का बनाया हुआ, एक पूल बनया हुआ, ते पौड़ियां काइंड ऑफ बनिया हुई ने। हाँ जी आ जाओ हुण तुहानूं लैके चलते हैं, बड़ी रॉयल जी लोकेशन लगती है। ये इदां लगता है कोई महल दे विचों निकलदे आं आपां, रानी विक्टोरिया। फोटो शूट दे लई, वीडियो दे लई बड़ी वधिया लोकेशन बनी हुई है। हवेली चाहे बहुत ज़्यादा पुरानी है, पर जदों इन्होंने इनू एक प्री वैडिंग लोकेशन बनाता ते उहदे च एक मॉडर्न टच भी ऐड करता, तो यह लोकेशन अपने आप दे विच यह बाकी सारियां प्री वैडिंग लोकेशन तो अड होगी, क्योंकि इत्थे पुराना इतिहास ते मॉडर्न टच दोहें चीज़ा अवेलेबल ने। तो अपन होर एक प्री वैडिंग लोकेशन च चाहिदा की है, इन्हां कोले जीपा ने, घोड़ी है, ट्रैक्टर ने, सारा कुछ इत्थे अवेलेबल है, सारा कुछ इनकलूडिंग पैकेज विच है। रूम बड़े वधिया बने हुए ने, जे रूम अवेलेबल नहीं है तो कॉमन रूम भी अवेलेबल हैगा, तो हवेली का थानू पता ही है भी बहुत घेंट बनी हुई है। हाँ जी ये है जी इन्हां दा परसनल रूम, कस्टमर्स दे लई, कपल दे लई रेडी होने दे लई परसनल रूम बनाया हुआ है, शीशा शीशा लग्या हुआ है, बड़ा सोहना
ਲਾਈਟਿੰਗ ਲੱਗੀ ਹੋਈ ਹੈ, ਟ੍ਰੈਡੀਸ਼ਨਲ ਜਿਹਾ ਪੁਰਾਣੇ ਘਰਾਂ ਵਾਲੀ ਲੁੱਕ ਆਉਂਦੀ ਹੈ ਵੀ ਜਿੱਦਾਂ ਕਿਸੇ ਪੁਰਾਣੇ ਘਰ ਦੇ ਰੂਮ 'ਚ ਆ ਗਏ ਹੋਏ, ਇੱਦਾਂ ਲੱਗਦਾ ਵੀ ਭਾਈ ਆਪਣੀ ਪੁਰਾਣੀ ਹਵੇਲੀ ਵਾਲੇ 'ਚ ਆ ਗਏ। ਬੜਾ ਸੋਹਣਾ ਰੂਮ ਜਿਹਾ ਲੱਗ ਰਿਹਾ। ਉਹ ਦੇਖੋ ਪੁਰਾਣਾ ਇੱਕ ਉਹ ਵੀ ਪਿਆ ਹੋਇਆ ਫੋਨ, ਜੇ ਤੁਸੀਂ ਫੋਨ ਕਰਨਾ ਤਾਂ ਉਹ ਵੀ ਫੋਨ ਕਰ ਸਕਦੇ ਹੋ। ਹਾਂਜੀ ਜੀ, ਇਹ ਹੈ ਇਹਨਾਂ ਦਾ ਕੋਮਨ ਡਰੈਸਿੰਗ ਰੂਮ ਰੈਡੀ ਹੋਣ ਦੇ ਲਈ। ਜਿੱਦਾਂ ਜੇ ਇਹਨਾਂ ਦੇ ਜੋ ਵੀ ਇਹਨਾਂ ਦੇ ਰੂਮਸ ਨੇ ਜੇ ਉਹ ਬੁੱਕ ਹੋ ਜਾਂਦੇ ਨੇ ਤਾਂ ਇੱਕ ਕੋਮਨ ਰੂਮ ਵੀ ਹੈ ਜਿੱਥੇ ਤਿੰਨ ਚੇਂਜਿੰਗ ਰੂਮ ਬਣੇ ਹੋਏ ਨੇ ਅਤੇ ਤਿੰਨ ਵੱਡੇ ਸ਼ੀਸ਼ੇ ਲੱਗੇ ਹੋਏ ਨੇ। ਹਾਂਜੀ, ਮੇਨ ਗੱਲ ਆ ਗਈ ਹੁਣ ਰੈਂਟ ਦੀ। ਹੁਣ ਤੁਸੀਂ ਕੀ ਰੈਂਟ ਲੈ ਰਹੇ ਹੋ ਅਤੇ ਉਹਦੇ ਵਿੱਚ ਸਾਨੂੰ ਕੀ ਕੀ ਫੈਸਿਲਿਟੀਜ਼ ਦੇ ਰਹੇ ਹੋ ਕਪਲਸ? ਰੈਂਟ ਦਾ ਵੈਸੇ ਫਲਕਚੁਏਟ ਹੁੰਦਾ ਰਹਿੰਦਾ ਅਤੇ ਇਸ ਟਾਈਮ ਆਪਣਾ 15,000 ਰੁਪਏ ਰੈਂਟ ਹੈ ਸਰ। ਠੀਕ ਹੈ, ਸਾਰੀ ਲੋਕੇਸ਼ਨ ਦਾ ਆਪਣਾ ਇੱਕੋ ਹੀ ਕੰਮ ਹੈ ਜੀ, ਉਰੇ ਬੰਦਾ 1 ਵਾਰ ਪੇ ਕਰ ਲਵੇ ਤਾਂ ਉਰੇ ਕੋਈ ਕਿਸੇ ਦੇ ਕਿਸੇ ਪਾਸੋਂ ਵੀ ਆਪਾਂ ਅਗਲੇ ਨੂੰ ਰੋਕਦੇ ਨਹੀਂ ਹੈਗੇ, ਪੂਰੀ ਫਰੀਡਮ ਆ। ਪੂਰੇ ਤੁਸੀਂ ਜਿੱਥੇ ਮਰਜ਼ੀ ਸ਼ੂਟ ਕਰੋ। ਇਹ ਸਾਡੇ ਆਪਣੇ ਖੇਤ ਨੇ 17-18 ਕਿੱਲੇ ਨੇ ਆਪਣੇ, ਤੁਸੀਂ ਜਿਵੇਂ ਮਰਜ਼ੀ ਖੇਤਾਂ ਜਿੱਥੇ ਤੁਹਾਨੂੰ ਵਧੀਆ ਲੱਗਦਾ ਨਾ ਵੀ ਸਾਡੇ ਉਰੇ ਵਧੀਆ ਸ਼ੂਟ ਹੋ ਜੂਗਾ, ਤੁਸੀਂ ਫਰੀਡਮ ਲਈ ਉੱਥੇ ਜਾਓ, ਆਪਦਾ ਸ਼ੂਟ ਕਰੋ, ਕਿਸੇ ਪਾਸੋਂ ਕੋਈ ਰੋਕ ਟੇਕ ਨਹੀਂ। ਆਪਣੇ ਉਰੇ 2 ਘੋੜੀਆਂ ਨੇ, ਬਾਕੀ ਟਰੈਕਟਰ ਜੀਪ ਵਗੈਰਾ ਅਸੀਂ ਤਿਆਰ ਕਰਾਈ ਹੋਈ ਹੈ, ਬੁਲਟ ਵਗੈਰਾ ਹੈਗਾ, ਸਾਰੀ ਪ੍ਰੋਪਰਟੀ ਹੈ ਸਾਰੀ ਵਿੱਚ ਇੰਕਲੂਡ ਆ। ਓਕੇ, ਵੀ ਤੁਹਾਨੂੰ ਮਾਈਂਡ 'ਚ ਇੱਕ ਵਾਰ ਐਵੇਂ ਸੋਚਣਾ ਨਾ ਪਵੇ ਵੀ ਅਸੀਂ ਯਾਰ ਜੇ ਜੀਪ 'ਤੇ ਸ਼ੂਟ ਕਰ ਲਈਏ ਤੇ ਵੀ ਕਿਤੇ ਸਾਨੂੰ ਪੇ ਤਾਂ ਨਹੀਂ ਕਰਨਾ ਪਊਗਾ, ਵੀ ਤੁਹਾਨੂੰ ਕਿਸੇ ਪਾਸੋਂ ਰੋਕਣਾ ਨਾ ਪਵੇ। ਰੇਅਰਲੀ ਕੋਈ ਇੱਕ ਚੀਜ਼ ਵੀ ਅਵੇਲੇਬਲ ਹੁੰਦੀ ਹੈ, ਪਰ ਇੱਥੇ ਮੈਂ ਦੇਖਿਆ ਵੀ 2-2 ਚੀਜ਼ਾਂ ਨੇ ਤਾਂ ਕਿ ਜੇ 2 ਕਪਲ ਇੱਕੋ ਜਿਹਾ ਸ਼ੂਟ ਵੀ ਕਰ ਰਹੇ ਨੇ ਤਾਂ ਕਿਸੇ ਨੂੰ ਦਿੱਕਤ ਨਹੀਂ ਆ ਸਕਦੀ ਬਿਲਕੁਲ ਵੀ। ਉਰੇ ਭਾਜੀ ਖਾਣੇ ਪੀਣੇ ਦਾ ਕੀ ਅਰੇਂਜਮੈਂਟ ਹੈ, ਜਿੱਦਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਰਹਿੰਦਾ ਹੈਗਾ? ਹਾਂਜੀ, ਉਰੇ ਇਨ ਹਾਊਸ ਕੰਟੀਨ ਹੈ ਜੀ। ਓਕੇ, ਅੰਦਰੀ ਕੰਟੀਨ ਆ। ਠੀਕ ਹੈ, ਉਰੇ ਤੁਹਾਨੂੰ ਸਾਰਾ ਆਪਣਾ ਫਾਸਟ ਫੂਡ ਵਗੈਰਾ ਮਿਲ ਜੂਗਾ, ਬਾਕੀ ਜੋ ਵੀ ਲੰਚ ਵਗੈਰਾ ਦੀ ਸਾਰਾ ਕੁਝ ਆਪਣਾ ਹੋ ਜਾਣਾ। ਉਹ ਪੇਡ ਹੈ? ਉਹ ਪੇਡ ਹੁੰਦਾ। ਦੇਖੋ ਇਸ ਲੋਕੇਸ਼ਨ ਤੇ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ, ਜਿੱਦਾਂ ਕਪਲ ਦੇ ਨਾਲ ਉਹਨਾਂ ਦੇ ਬ੍ਰਦਰ ਸਿਸਟਰ ਜਾਂ ਰਿਲੇਟਿਵਸ ਆਏ ਹੁੰਦੇ ਨੇ ਤਾਂ ਉਹ ਯੂਜ਼ਲੀ ਫੋਟੋਜ਼ ਕਰਦੇ ਨੇ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਅਸੀਂ ਨਾਲ ਜਾ ਰਹੇ ਹਾਂ ਕਪਲ ਦੇ ਤਾਂ ਫੋਟੋਜ਼ ਅਸੀਂ ਕਰਾਂਗੇ। ਤਾਂ ਮੈਂ ਜਦੋਂ ਮਾਰਨਿੰਗ ਵੀ ਆਇਆ ਤਾਂ ਮਤਲਬ ਕਪਲ ਦੇ ਰਿਸ਼ਤੇਦਾਰ ਬੜੇ ਫਰੀਲੀ ਸ਼ੂਟ ਕਰ ਰਹੇ ਸੀ। ਹੁਣ ਵੀ ਕੋਈ ਬੰਦਾ ਘੋੜੀ 'ਤੇ ਬੈਠਾ ਅਤੇ ਕੋਈ ਟਰੈਕਟਰ 'ਤੇ ਬੈਠਾ, ਈਜ਼ੀਲੀ ਫਰੀਲੀ ਸ਼ੂਟ ਕਰ ਰਹੇ ਨੇ, ਕੋਈ ਰੋਕ ਨਹੀਂ ਰਹੇ। ਲਾਸਟ ਈਅਰ ਅਸੀਂ ਇੱਕ ਲੋਕੇਸ਼ਨ 'ਤੇ ਗਏ ਸੀ ਜਿੱਥੇ ਸਾਨੂੰ ਫੋਟੋਆਂ ਕਰਨ ਤੋਂ ਇਸ ਕਰਕੇ ਰੋਕਤਾ ਵੀ ਪੈਸੇ ਸਿਰਫ ਕਪਲ ਨੇ ਦਿੱਤੇ ਨੇ, ਅਸੀਂ ਤੁਹਾਨੂੰ ਫੋਟੋਆਂ ਵੀ ਕਰਨ ਨਹੀਂ ਦੇਵਾਂਗੇ। ਤਾਂ ਮੈਨੂੰ ਇੰਨਾ ਵਧੀਆ ਲੱਗਿਆ, ਕੋਈ ਰੋਕ ਟੋਕ ਨਹੀਂ, ਸਾਰਾ ਇਹਨਾਂ ਦਾ ਸਟਾਫ ਘੁੰਮ ਰਿਹਾ ਅਤੇ ਉਹ ਆਪ ਇਨਕਰੇਜ ਕਰ ਰਹੇ ਵੀ ਇੱਥੇ ਕਰ ਲਓ ਜੀ, ਇੱਥੇ ਕਰ ਲਓ। ਮੈਨੂੰ ਇਹ ਗੱਲ ਸਭ ਤੋਂ ਵਧੀਆ ਲੱਗੀ ਇਹਨਾਂ ਦੀ। ਭਾਜੀ ਲੋਕੇਸ਼ਨ ਦੀ ਟਾਈਮਿੰਗ ਕੀ ਹੈ ਵੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਸਾਨੂੰ ਟਾਈਮ ਦਿੰਦੇ ਹੋ ਕਪਲਸ ਨੂੰ ਫੋਟੋ ਸ਼ੂਟ ਕਰਨ ਦਾ? ਆਪਣਾ ਸਰ ਫੁੱਲ ਡੇ ਦਾ ਹੁੰਦਾ, 8:30 ਵਜੇ ਤੋਂ ਸ਼ਾਮ ਦੇ 8 ਵਜੇ ਤੱਕ। ਅੱਜ ਦਾ ਇਹ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਅਤੇ ਤੁਸੀਂ ਇਸ ਨੂੰ ਐਂਡ ਤੱਕ ਜ਼ਰੂਰ ਦੇਖਿਆ ਹੋਊਗਾ। ਕਮੈਂਟ ਕਰਕੇ ਦੱਸਿਓ ਜੇ ਤੁਹਾਡੇ ਨਜ਼ਦੀਕ ਕੋਈ ਪ੍ਰੀ ਵੈਡਿੰਗ ਲੋਕੇਸ਼ਨ ਹੈ ਅਤੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਉਸ ਪ੍ਰੀ ਵੈਡਿੰਗ ਲੋਕੇਸ਼ਨ ਨੂੰ ਵੀ ਵਿਜ਼ਿਟ ਕਰੀਏ, ਉੱਥੋਂ ਦਾ ਰਿਵਿਊ ਦੇਈਏ, ਤੁਹਾਨੂੰ ਪੂਰੀ ਇਨ ਡਿਟੇਲ ਦੱਸੀਏ ਵੀ ਉੱਥੇ ਜਾਣਾ ਵਰਥ ਹੈ ਜਾਂ ਨਹੀਂ। ਮੇਰੇ ਅਕੋਰਡਿੰਗ ਇਹ ਲੋਕੇਸ਼ਨ ਆਪਣੇ ਆਪ ਦੇ ਵਿੱਚ ਬਹੁਤ ਯੂਨੀਕ ਹੈ। ਮੈਂ ਚਾਹਾਂਗਾ ਕਿ ਤੁਸੀਂ ਇਸ ਲੋਕੇਸ਼ਨ ਨੂੰ 1 ਵਾਰ ਜ਼ਰੂਰ ਵਿਜ਼ਿਟ ਕਰੋ। ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਹੈ, ਪੈਸੇ ਪੂਰੇ ਤਰ੍ਹਾਂ ਵਸੂਲ ਨੇ। ਚਲੋ ਮਿਲਦੇ ਹਾਂ ਨੈਕਸਟ ਵਲੌਗ ਦੇ, ਉਦੋਂ ਤੱਕ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।